हाँ जी दोस्तों अस्सलाम वालेकुम, वेलकम करने आज दे व्लॉग च। तुसी देख रहे हो साडा डेयरी फार्म और असी अपनी डेयरी दे विच दो मज्जां दा जिहड़ा ना एडिशन कर लिया नीली रावी। लो जी अज असी बनाउण लगे मज्जां दा मसाला। जिहड़ियां मज्जां मुल रही असां उहनां नाल असी पाउंदे रहे मुंजी दे विच वढ के चूबा। उहनां दी दुध दी एवरेज बहुत घट है, जिहड़ी 12-14 किलो दिंदी सी उह 8-9 किलो ते आ गई है। इह ने सब्ज़ मिर्चां ਐਵੇਂ ਲੁੱਦਣ ਲੱਗਾ। ਮੈਂ ਦੇਖਿਆ ਜੀ ਇਹ ਸਬਜ਼ ਮਿਰਚਾਂ ਹੋ ਗਈਆਂ, ਇਹਦੇ ਵਿੱਚ ਵੀ ਤੁਹਾਨੂੰ ਦੱਸਣੇ ਆ ਕੀ ਹੈ। ਇਹ ਦੁੱਧ ਵਾਸਤੇ ਜੇ ਬਾਈ ਬਾਦੀ ਮਾਰਨ ਵਾਸਤੇ ਮਸਾਲਾ, ਜਿਹੜੇ ਡੇਅਰੀ ਦਾ ਕੰਮ ਕਰਦੇ ਨਾ ਦੁੱਧ ਦਾ, ਇਹਦੇ ਵਿੱਚ ਸਬਜ਼ ਮਿਰਚਾਂ ਜੇ ਇਹ ਚਕੋਰਾਂ ਦੀ ਵੀ ਮੈਨੂੰ ਮੈਂ ਵੀ ਖਾਣੀ। ਦੇਖੀ ਇਹ ਦੇਖੋ ਇਹ ਵੀ ਆ ਗਈਆਂ ਚਕੋਰਾਂ, ਇਹ ਸਾਰੀ ਤਾਂ ਵੀ ਜਿਹਨਾਂ ਨੂੰ ਇਹ ਵੀ ਹਰੇ ਦਾਣੇ ਨੇ, ਇਹ ਤਾਂ ਨਹੀਂ ਹੈ ਮੇਰੇ ਕੋਲ ਆਉਣ ਡੇਰੀ ਨੇ। ਇਹਦੇ ਵਿੱਚ ਚੀਜ਼ਾਂ ਨੇ ਜੀ, ਇੱਕ ਸਬਜ਼ ਮਿਰਚ ਹੋ ਗਈ ਕੁੱਟੀ ਦੀਆਂ ਨੇ, ਚਕੋਰ ਵਾਈਟ ਚਕੋਰ ਮੈਂ ਗੱਲ ਕਰਦਾ ਫਿਰ ਲੇਕਿਨ ਆ ਗਈ ਮੈਂ ਇੱਕ ਵਿੱਚ ਇਹ ਵੀ ਇਹ ਦੇਖੋ ਕੋਸ਼ਿਸ਼ ਕਰਦੀ ਵੀ ਖਾਣ ਦੀ ਪਰ ਉਹਨੂੰ ਇਹ ਨਹੀਂ ਨਾ ਪਤਾ ਕੀ ਹੈ ਜੇ ਸਾਰੀਆਂ ਮੇਰੇ ਕੋਲ ਆ ਗਈਆਂ ਨੇ। ਇਹਦੇ ਵਿੱਚ ਜੀ ਸਬਜ਼ ਮਿਰਚਾਂ ਨੇ, ਸਬਜ਼ ਮਿਰਚਾਂ ਫਿਰ ਜਵੈਣ ਹੈ, ਜਵੈਣ ਦੇ ਵਿੱਚ ਨਮਕ ਹੈ, ਇਹ ਤਿੰਨ ਚੀਜ਼ਾਂ ਨੇ। ਇਹ ਵਿੱਚ ਮੈਂ ਥੋੜ੍ਹਾ ਜਿਹਾ ਸੁੱਟ ਲੈਣਾ ਆਟਾ, ਮੈਂ ਕੱਲਾ ਥੋੜ੍ਹਾ ਜਿਹਾ ਡਿਸਟਰਬ ਇਸ ਤਰ੍ਹਾਂ। ਇਹ ਲਓ ਜੀ ਸੀਲ ਚੂਜ਼ਾ ਵੀ ਆ ਗਿਆ, ਕਹਿੰਦਾ ਪਰ ਦਾਣੇ ਨੇ ਇਹ ਦੇਖੋ ਇਹ ਚੂਚਾ ਆ ਗਿਆ, ਕਹਿੰਦਾ ਪਰ ਮੈਨੂੰ ਪਾ ਦੇ ਹੋਰ ਕਿਸੇ ਨੂੰ ਰਹਿਣ ਦੇ। ਚਕੋਰਾਂ ਮਾਰਦੀਆਂ ਨੇ ਇਹਨੂੰ, ਇਹ ਚਕੋਰਾਂ ਇਹਨੂੰ ਨਹੀਂ ਲੱਗ ਗਿਆ। ਗੱਲ ਜਿਹੜੀ ਤੁਹਾਨੂੰ ਨੁਕਸਾ ਦੱਸਣਾ ਚਾਹੁੰਦਾ ਚਕੋਰਾਂ ਹੀ ਨਹੀਂ ਦੱਸਣ ਦਿੰਦੀਆਂ ਵੀਆਂ। ਲਓ ਜੀ ਇਹ ਡੰਗਰ ਨਾ ਇੰਜ ਦਈਏ ਤਾਂ ਡੰਗਰ ਮੂੰਹ 'ਚੋਂ ਕੱਢ ਦਿੰਦੇ ਨੇ, ਇਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਆਟਾ ਮਿਕਸ ਕਰ ਦਿਆਂਗੇ ਤਾਂ ਕਿ ਨਾ ਇਹਦੀ ਇਹ ਦੇਖੇ ਆਟਾ ਇਸ ਤੋਂ ਮਿਕਸ ਕੀਤਾ ਆਟਾ ਵਿੱਚ ਇਹ ਆਪਣੀ ਆਸਾਨੀ ਵਾਸਤੇ, ਯਾਨੀ ਕਿ ਵੀ ਡੰਗਰਾਂ ਨੂੰ ਦੇਣ ਵਾਸਤੇ ਨਾ ਪ੍ਰੋਬਲਮ ਨਾ ਆਵੇ। ਪ੍ਰੋਬਲਮ ਮੁਰਾਦ ਇਹ ਵੀ ਇਹ ਹੁਣ ਪਿੰਨੀਆਂ ਬਣਾ ਦਾਂਗੇ, ਇਹਨੂੰ ਸਖਤ ਸਖਤ ਪਿੰਨੀਆਂ ਬਣਾ ਦਿੰਦੇ ਹਾਂ, ਠੀਕ ਹੈ ਉਹ ਵੀ ਤੁਹਾਨੂੰ ਦੱਸ। ਲਓ ਜੀ ਇਹ ਦੇਖੋ ਇਹ ਸਖਤ ਪਿੰਨੀਆਂ, ਇਹ ਮੈਂ ਹੁਣ ਗੁੰਨਣ ਲੱਗਾ। ਇਹ ਦੇਖੋ ਇਹ ਉੱਤੇ ਕਰਕੇ ਇਹ ਛਾਪਰ ਹੱਥ ਚਾੜ ਲੈਣਾ, ਮਿਰਚਾਂ ਬਹੁਤ ਲੜਦੀਆਂ ਜੇ ਯਾਰ। ਵੀਡੀਓ ਨਹੀਂ ਮੇਰੇ ਕੋਲ ਸਹੀ ਬਣ ਕੇ, ਮੈਂ ਇਕੱਲਾ ਜਾਣਾ, ਮੇਰੇ ਨਾਲ ਇੱਥੇ ਇਸ ਟਾਈਮ ਕੋਈ ਨਹੀਂ, ਉਹ ਵੱਡਾ ਭਾਈ ਹੈ ਅਤੇ ਦੂਰ ਗਿਆ ਅੰਦਰ। ਇਹਨੂੰ ਮੈਂ ਆਟੇ ਨਾਲ ਜਿਵੇਂ ਰੋਟੀਆਂ ਪਕਾਉਣ ਵਾਸਤੇ ਨਹੀਂ ਆਟਾ ਗੁੰਨੀ ਦਾ, ਇਹ ਦੇਖੋ ਸੀਲ ਚੂਜ਼ੇ ਦੇ ਕੰਮ ਦੇਖੋ ਇਹ ਇਹ ਖਾਣ ਲਾ ਆਪਾਂ ਮਿਰਚੇ। ਇਹ ਮੁਰਗੀ ਵੀ ਹੈਗੀ ਨਾਲ ਖਾਣ, ਛਾਪਰ ਨਹੀਂ ਪਾਉਣਾ, ਇਹ ਛਾਪਰ ਨੂੰ ਚੁੱਕ ਲਿਆ ਤਾਂ ਹੁਣ ਜਿਵੇਂ ਮਰਜ਼ੀ ਖਾਓ। ਇਹ ਇਹ ਦੇਖੋ ਹੁਣ ਚਕੋਰਾਂ ਨਹੀਂ ਮੈਨੂੰ ਕੰਮ ਕਰਨ, ਤੁਹਾਨੂੰ ਦੇਣ ਦਾ ਵੀ ਤਰੀਕਾ ਦਾ। ਇਹ ਜੀ ਮੈਂ ਗੁੰਨੀ ਜਾਣਾ ਪਿਆ ਮਜ਼ੀਦ, ਇਹ ਗੁੰਨਣਾ ਪਿਆ, ਇਹ ਨਾ ਪਿੰਨੀਆਂ ਬਣ ਜਾਣਗੀਆਂ ਸਖਤ, ਇਹ ਜਾਨਵਰ ਦੇ ਮੂੰਹ 'ਚ ਨਿਕਲਦੇ ਨੇ ਫਿਰ ਉਹ ਇਹ ਗੁੱਝ ਗਿਆ। ਇਹ ਜਿਹੜੀ ਮੈਂ ਲਈ ਦੀ ਇਹ ਦੇਖੋ ਇਹਦੇ ਵਿੱਚ ਅਖਬਾਰ ਪਿੰਨੀਆਂ ਬਣਾ ਕੇ ਇਹ ਵਿੱਚ ਰੱਦੀ ਹੈ, ਇਹਦੇ ਵਿੱਚ ਇੱਕ ਇੱਕ ਪਿੰਨੀ ਰੱਖਾਂਗੇ, ਇਹਦੇ ਵਿੱਚ ਕਿੰਨੀ ਬਾਰ 'ਚ ਲਪੇਟ ਕੇ ਮਾਈ ਦੇ ਮੂੰਹ 'ਤੇ, ਉਹ ਵੀ ਤੁਹਾਨੂੰ ਤਰੀਕਾ ਦੱਸਣੀ ਹੈ ਜੀ। ਚਲੋ ਉਹ ਸਿੱਧੀ ਮਾਈ ਦੇ ਅੰਦਰ ਜਾਂਦੀ ਹੈ। ਅਤੇ ਲਓ ਜੀ ਸਾਡਾ ਹੁਣ ਮਸਾਲਾ ਹੋ ਗਿਆ ਤਿਆਰ, ਹੁਣ ਅਸੀਂ ਮੱਝਾਂ ਨੂੰ ਬਾਹਰ ਪਾਣੀ ਪਿਲਾਉਣਾ, ਪਾਣੀ ਪਿਲਾ ਕੇ ਮੱਝਾਂ ਬਾਹਰ ਲਈ ਆਈ ਨੇ, ਲਿਆ ਕੇ ਅਸੀਂ ਮੱਝਾਂ ਨੂੰ ਮਸਾਲਾ ਦੇ ਕੇ ਬੰਨੀਏ, ਫਿਰ 2 ਘੰਟੇ ਕੋਈ ਪੱਠੇ ਕੁਛ ਨਹੀਂ ਕੋਈ ਚੀਜ਼ ਲਾਗੇ ਨਹੀਂ ਆਉਂਦੇ।